ਦੇ ਸੈਕਟਰ 71 ਦੇ ਪੌਸ਼ ਏਰੀਆ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਹੁਣੇ ਹੁਣੇ ਦੀ ਇਹ ਖਬਰ ਹੈ ਜਿਹੜੀ ਹੁਣ ਤੱਕ ਦੀ ਸਾਹਮਣੇ ਆ ਰਹੀ ਹੈ ਕਿ ਇੱਕ ਜਿਹੜਾ ਦੱਸਿਆ ਜਾ ਰਿਹਾ, ਹਾਲਾਂਕਿ ਹਜੇ ਤੱਕ ਕੌਣ ਸੀ, ਗੈਂਗਸਟਰ ਜਾਂ ਕੋਈ ਅਪਰਾਧੀ ਹੈ ਉਹਦੇ ਬਾਰੇ ਹਜੇ ਜਾਣਕਾਰੀ ਨਹੀਂ ਮਿਲ ਪਾਈ ਹੈ, ਲੇਕਿਨ ਉਹ ਇੱਕ ਆਪਰੇਸ਼ਨ ਸੈੱਲ ਦਾ ਦੱਸਿਆ ਜਾ ਰਿਹਾ ਕਿ SSOC ਦਾ ਇਹ ਆਪਰੇਸ਼ਨ ਹੋ ਸਕਦਾ। ਹਾਲਾਂਕਿ ਇਹਦੀ ਪੁਸ਼ਟੀ ਹਜੇ ਅਧਿਕਾਰੀਆਂ ਨੇ ਨਹੀਂ ਕੀਤੀ ਹੈ, ਜਿਹੜੇ ਲੇਕਿਨ ਸੋਰਸਿਸ ਦੱਸ ਰਹੇ ਕਿ SSOC ਦਾ ਇਹ ਆਪਰੇਸ਼ਨ ਸੀ ਅਤੇ ਇੱਕ ਗੈਂਗਸਟਰ ਦੇ ਪਿੱਛੇ ਪਈ ਹੋਈ ਸੀ ਔਰ ਉਹ ਭੱਜਦਾ ਇੱਥੇ ਪਹੁੰਚਦਾ, ਇੱਥੋਂ ਇਹ ਪੂਰਾ ਇਸ ਸਾਰੇ ਖੂਨ ਦੇ ਇੱਥੇ ਨਿਸ਼ਾਨ ਟੱਪ ਕੇ ਉੱਥੇ ਜੰਪ ਮਾਰ ਕੇ ਦੂਜੇ ਪਾਸੇ ਜਾ ਉਹ ਕਰਦਾ। ਹਾਲਾਂਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ, ਪੂਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀਆਂ ਵੱਲੋਂ ਅਤੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਆਖਿਰ ਕੌਣ ਸੀ, ਇਹ ਪੂਰੀ ਇਨਵੈਸਟੀਗੇਸ਼ਨ ਚ ਕੀ ਚੀਜ਼ਾਂ ਸਾਹਮਣੇ ਆਈ ਹੈ, ਕੌਣ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। ਏਰੀਆ ਦੇ ਜਿਹੜੀ ਸੀਨੀਅਰ ਆਫਿਸਰ ਨੇ ਉਹ ਇੱਥੇ ਪਹੁੰਚੇ ਹੋਏ ਨੇ, ਆਖਿਰ ਉਹ ਕੌਣ ਸੀ, ਇੱਥੇ ਭੱਜਣ ਦੀ ਕੋਸ਼ਿਸ਼, ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਇਸ ਕੋਠੀ ਦੇ ਵਿੱਚ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਮੋਹਾਲੀ ਦੇ ਸੈਕਟਰ 71 ਦੇ ਪੌਸ਼ ਏਰੀਆ 'ਚ ਅਸੀਂ ਮੌਜੂਦ ਹਾਂ ਜਿੱਥੇ ਇਹ ਪੂਰਾ ਵਾਕਿਆ ਹੋਇਆ। ਹਾਲਾਂਕਿ ਇੱਥੇ ਬਲੱਡ ਦੇ ਨਿਸ਼ਾਨ ਵੀ ਪਏ ਨੇ, ਆਪਰੇਸ਼ਨ SSOC ਸੀ ਜਾਂ ਕਿਹਦਾ ਆਪਰੇਸ਼ਨ ਸੀਗਾ ਇਹ ਕਲੀਅਰ ਨਹੀਂ ਹੋ ਪਾਇਆ, ਲੇਕਿਨ ਇੱਕ ਦੱਸਿਆ ਜਾ ਰਿਹਾ ਕਿ ਇੱਕ ਅਪਰਾਧੀ ਉਹ ਭੱਜ ਰਿਹਾ ਸੀਗਾ ਔਰ ਇਹ ਭੱਜਦੇ ਇਸ ਕੋਠੀ ਦੇ ਵਿੱਚ ਵੜਿਆ, ਉਸ ਤੋਂ ਵੜਦੇ ਹੋਏ ਇਹ ਦੂਜੀ ਕੋਠੀ 'ਚ ਵੜਿਆ ਜਦ ਉਹਨੂੰ ਕਾਬੂ ਕੀਤਾ ਗਿਆ। ਹਾਲਾਂਕਿ ਪੁਲਿਸ ਹੁਣ ਪੂਰਾ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਉਹ ਕੌਣ ਸੀ, ਕਿੱਥੇ ਲੈ ਕੇ ਗਿਆ, ਕਿਉਂਕਿ ਇਹ ਮੋਹਾਲੀ ਪੁਲਿਸ ਦਾ ਇਹ ਆਪਰੇਸ਼ਨ ਨਹੀਂ ਹੈ, ਕਿਉਂਕਿ ਮੋਹਾਲੀ ਦੇ SHO ਇੱਥੇ ਪਹੁੰਚੇ ਹੋਏ ਨੇ, CIA ਸਾਰਾ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਕਿ ਇਹ ਪਹਿਲਾਂ ਇਸ ਕੋਠੀ ਦੇ ਨਾਲ ਇਸ ਕੋਠੀ 'ਚ ਆ ਕੇ ਉਹਨੇ ਵੜਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਉਹਨੂੰ ਇੱਥੋਂ ਲੈ ਕੇ ਪੁਲਿਸ ਜਾ ਚੁੱਕੀ ਹੈ। ਹਾਲਾਂਕਿ ਪੂਰੇ ਏਰੀਆ ਨੂੰ ਹੁਣ ਖੰਗਾਲਿਆ ਜਾ ਰਿਹਾ ਕਿ ਆਖਿਰ ਉਹ ਕੌਣ ਸੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿ ਪੌਸ਼ ਏਰੀਆ ਦੇ ਵਿੱਚ ਆਖਿਰ ਉਹ ਗੈਂਗਸਟਰ ਸੀ ਜਾਂ ਉਹਦੇ ਪਿੱਛੇ ਪੁਲਿਸ ਪਈ ਹੋਈ ਸੀ, ਉਹਨੇ ਅੰਦਰ ਵੜਨ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇੱਕ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਕੁਝ ਹੀ ਦੇਰ ਤੱਕ ਇਹ ਕਲੀਅਰ ਹੋਏਗਾ, ਲੇਕਿਨ ਪੁਲਿਸ ਲੋਕਲ ਪੁਲਿਸ ਦਾ ਆਪਰੇਸ਼ਨ ਨਹੀਂ ਸੀਗਾ, ਇਹ ਕਲੀਅਰ ਹੋ ਚੁੱਕਿਆ। SSOC ਦਾ ਆਪਰੇਸ਼ਨ ਹੋ ਸਕਦਾ ਜਾਂ ਦੂਜੇ ਕੋਈ ਵਿੰਗ ਹੈ ਪੰਜਾਬ ਪੁਲਿਸ ਦੀ, ਉਸਦਾ ਆਪਰੇਸ਼ਨ ਹੋ ਸਕਦਾ ਜਿਸ ਨੂੰ ਲੈ ਕੇ ਅਧਿਕਾਰੀ ਹਜੇ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਨੇ। ਸਾਰੀ ਚੀਜ਼ਾਂ ਨੂੰ ਲੈ ਕੇ ਜਲਦੀ ਇਹਦੇ ਵਿੱਚ ਖੁਲਾਸਾ ਕੀਤਾ ਜਾਏਗਾ ਕਿ ਆਖਿਰ ਉਹ ਗੈਂਗਸਟਰ ਸੀ ਜਾਂ ਕੋਈ ਅਪਰਾਧੀ ਸੀ ਜਾਂ ਉਹ ਭੱਜ ਰਿਹਾ ਸੀਗਾ ਉਹਨੂੰ ਭੱਜਦੇ ਫੜਿਆ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ, ਨਾਲ ਦੇ ਨਾਲ ਸਾਰੇ ਜਿਹੜੇ CCTVs ਹੈ ਉਹ ਵੀ ਹੁਣ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕੌਣ ਸੀ, ਉਹ ਕਿੱਥੋਂ ਭੱਜ ਕੇ ਆਇਆ, ਉਹਨੂੰ ਕਿੱਥੇ ਲੈ ਕੇ ਗਏ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।